ਸਤਸ਼੍ਰੀ ਅਕਾਲ ਮੈਰੀਨਸ ਹਮਤ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਆ ਲੈ ਕੇ ਪ੍ਰੋਗਰਾਮ ਇੱਕ ਮੁਲਾਕਾਤ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਸਾਹਿਤਿਕ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਸਾਹਿਤਿਕ ਸਫਰ ਉੱਪਰ ਚਾਤ ਪਾਉਂਦੇ ਹਾਂ ਨਾਲ ਦੀ ਨਾਲ ਉਹਨਾਂ ਦੀਆਂ ਰਚਨਾਵਾਂ ਵੀ ਆਪਣੇ ਦਰਸ਼ਕਾਂ ਦੇ ਰੂਬਰੂ ਕਰਦੇ ਰਹਿੰਦੇ ਆ ਤੇ ਅੱਜ ਸਾਡੇ ਨਾਲ ਮਹਿਮਾਨ ਮੌਜੂਦ ਨੇ ਡਾਕਟਰ ਸतीश ਠੁਕਰਾਲ ਜੀ ਸੋ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਹੁਤ ਬਹੁਤ ਜੀ ਅ ਡਾਕਟਰ ਸतीश ਠੁਕਰਾਲ ਸੋਨੀ ਅੱਜ ਦੇ ਦੌਰ ਦੇ ਵਿੱਚ ਕਿਸੇ ਵੀ ਜਾਣ ਪਹਿਚਾਨ ਦੇ ਮੋਤਾਸ ਨਹੀਂ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਬਾਰੇ ਥੋੜੀ ਜਿਹੀ ਜਾਣਕਾਰੀ ਜਿਹੜੀ ਆ ਜ਼ਰੂਰ ਦਿਓ ਆਪਣੇ ਪਰਿਵਾਰ ਬਾਰੇ ਆਪਣੇ ਪਸੰਦੋਗੜ ਬਾਰੇ ਮੈਂ ਪੰਜਾਬ ਦੀ ਵਕੀਚ ਜਿਲ੍ਹਾ ਫਲੋਸਪੁਰ ਐਕਸ ਰੱਦੀ ਜਿਲ੍ਹਾ ਉਹਦਾ ਛੋਟਾ ਜਿਹਾ ਇੱਕ ਟਾਊਨ ਹੈ ਮੱਖੂ ਉੱਥੋਂ ਮੈਨਾਂ ਵਾਲਾ ਜੀ ਬਾਈ ਪ੍ਰੋਫੈਸ਼ਨ ਮੈਂ ਡਾਕਟਰ ਆ ਮੇਰਾ ਆਪਣਾ ਹਸਪੀਟਲ ਹੈ ਮੇਰੇ ਵਾਈਫ ਗਾਇਨਕੋਲੋਜਿਸਟ ਦੋ ਮੇਰੇ ਬੱਚੇ ਆ ਔਰ 25 ਸਾਲਾਂ ਤੋਂ ਮੈਂ ਆਪਣੇ ਸ਼ਹਿਰ 'ਚ ਪ੍ਰੈਕਟਿਸ ਕਰ ਰਿਹਾ ਆ ਨਾਲ-ਨਾਲ ਮੈਂ ਡਾਕਟਰ ਬਣਨ ਤੋਂ ਪਹਿਲਾਂ ਤੋਂ ਹੀ ਸਾਇਤ ਨਾਲ ਜੁੜਿਆ ਆ ਡਾਕਟਰ ਤੋਂ ਬਾਅਦ ਬਣਿਆ ਇਹ ਸਾਹਿਤਕ ਨਾ 19 ਸਾਲਾਂ ਸਾਹਿਤ ਨੂੰ ਚੱਲ ਰਿਹਾ ਜੀ ਜੀ ਸਾਹਿਤਿਕ ਗੱਲ ਕੀਤੀ ਜਾਵੇ ਤਾਂ ਸਾਹਿਤ ਦਾ ਸਫਰ ਕਾਫੀ ਲੰਮਾ ਹੋ ਚੁੱਕਿਆ ਹੈ ਤੁਹਾਡਾ ਬਹੁਤ ਸਾਰੀਆਂ ਪੁਸਤਕਾਂ ਵੀ ਤੁਸੀਂ ਸਾਡੇ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹੋ ਪਾਠਕਾਂ ਦੀ ਝੋਲੀ ਪਾ ਚੁੱਕੇ ਹੋ ਤੇ ਅਸੀਂ ਚਾਹੁੰਦੇ ਹਾਂ ਕਿ ਵੀ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿਓ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਨੇ ਜੋ ਤੁਸੀਂ ਲੋਕ ਕਰਪਨ ਕਰ ਚੁੱਕੇ ਹੋ ਅੱਠ ਕਿਤਾਬਾਂ ਮੇਰੀਆਂ ਹੁਣ ਤੱਕ ਆ ਚੁੱਕੀਆਂ ਦੋ ਛਪ ਰਹੀਆਂ ਅੱਠਾਂ 'ਚੋਂ ਤਿੰਨ ਤਾਂ ਕਾਪ ਸੰਗ੍ਰਹਿ ਇੱਕ ਗਜ਼ਲ ਸੰਗ੍ਰਹਿ ਦੋ ਨਾਟਕ ਸੰਗ੍ਰਹਿ ਇੱਕ ਨਾਵਲਿਕ ਲੇਖ ਸੰਗ੍ਰਹਿ ਇੱਕ ਉਹ ਹੋਰ ਨਾਵਲ ਕਿਸ ਹੱਦ ਤੱਕ ਉਹ ਬਸ ਸਿਪਾਈ ਉਹ ਦਿਨ ਆ ਉਹ ਵੀ ਅਗਲੇ ਮਹੀਨੇ ਤੱਕ ਆ ਜਾਏਗਾ ਸ਼ਾਇਦ ਜੀ ਤੇ ਵੱਖ-ਵੱਖ ਵਿਧਾਵਾਂ ਦੇ ਵਿੱਚ ਲਿਖਦੇ ਹੋ ਵਧੇਰੇ ਤੁਹਾਨੂੰ ਕਿਸ ਵਿਧਾ ਦੇ ਵਿੱਚ ਲਿਖਣਾ ਪਸੰਦ ਹੈ ਨਾਵਲ ਤੇ ਕਵਿਤਾ ਜੋ ਮੈਨੂੰ ਵੈਸੇ ਮੈਂ ਨਾਟਕ ਖੇਡਦਾ ਵੀ ਰਿਹਾ ਨਾਟਕ ਵੀ ਲਿਖਦਾ ਹਾਂ ਪਰ ਜ਼ਿਆਦਾ ਮੈਨੂੰ ਜਿਹੜਾ ਪਸੰਦ ਹੈ ਉਹ ਨਾਵਲ ਤੇ ਕਵਿਤਾ ਜੀ ਤੇ ਫਿਰ ਕੋਈ ਨਾ ਕੋਈ ਰੰਗ ਜਿਹੜਾ ਹੈ ਉਹ ਸਾਡੇ ਪਾਠਕਾਂ ਦੇ ਵੀ ਸਾਡੇ ਦਰਸ਼ਕਾਂ ਦੇ ਵੀ ਸਨਮੁਖ ਹੋ ਜਾਣਾ ਚਾਹੀਦਾ ਕਵਿਤਾ ਦੀ ਗੱਲ ਕਰੀਏ ਜੀ ਜੀ ਬਿਲਕੁਲ ਇੱਕ ਮੇਰੀ ਕਵਿਤਾ ਇਸ਼ਕ ਹਕੀਕੀ ਦੇ ਰੰਗ ਚ ਰੰਗੀ ਹੋਈ ਜੀ ਕਿਉਂਕਿ ਮੇਰੀਆਂ ਜਿਹੜੀਆਂ ਸਰਕਾਰ ਹੈ ਮੇਰੀ ਜਿਹੜੀ ਸਾਹਿਦ ਦੇ ਸਰਕਾਰ ਹੈ ਉਹ ਮੁਹੱਬਤ ਨਾਲ ਬੜੇ ਲਬਰੇਜ਼ ਹੈ ਮੁਹੱਬਤ ਚਾਹੇ ਕੁਦਰਤ ਦੀ ਆ ਚਾਹੇ ਪਰਮਾਤਮਾ ਦੀ ਚਾਹੇ ਇਨਸਾਨਾਂ ਦੀ ਹੈ ਜੀ ਤਾਂ ਕਈਆਂ ਨੂੰ ਸੱਜਣ ਹੁੰਦੇ ਆ ਤੇ ਕਈਆਂ ਦੇ ਸੱਜਣ ਹੀ ਰੱਬ ਵਰਗੇ ਹੁੰਦੇ ਆ ਉਸ ਰੱਬ ਵਰਗੇ ਸੱਜਣਾਂ ਲਈ ਕਵਿਤਾ ਹੈ ਜੀ ਮੈਂ ਕਮਲਾ ਮੇਰਾ ਮਨ ਕਮਲਾ ਤੇ ਮਕਮਲ ਹੀ ਮਾਰੀ ਜਾਵਾਂ ਮੈਨੂੰ ਦਾਸ ਬਣਾ ਲੈ ਦਰ ਆਪਣੇ ਦਾ ਪਾਵੇਂ ਕਮਲਾ ਹੀ ਕਹਾਵਾਂ ਸਾਇਆ ਮੇਰੇ ਅਮਰਸ਼ਦਾਵੇ ਤੈਨੂੰ ਕਿੱਥੇ ਟੁੰਡਨ ਜਾਵਾਂ ਜੋ ਤੇਰੇ ਨਾਲ ਮਿਲਾਉਂਦਿਆ ਨੇ ਦੱਸ ਕਿਸ ਪਾਸੇ ਓ ਰਾਵਾਂ ਮੈਨੂੰ ਚੱਤੇ ਪੈਰ ਤੂੰ ਹੀ ਦੇਸਦਾ ਹਰ ਪਲ ਤੇਰੀ ਹੋਂਦ ਹੰਡਾਵਾ ਜਿਸ ਸ਼ਿਨ ਅਹਿਸਾਸ ਤੇਰਾ ਵਿਸਰੇ ਮੈਂ ਜਿਉਂਦੇ ਜੀ ਮਰ ਜਾਵਾਂ ਇੱਕ ਤੇਰੀ ਰਹਿਮਤ ਦਾ ਸਦਕਾ ਬਿਨ ਮੰਗਿਆ ਸਭ ਕੁਝ ਪਾਵਾਂ ਤੂੰ ਆਪੇ ਬੁਝ ਲੈਣਾ ਮੰਨਦੀ ਮੈਂ ਜਦ ਵੀ ਸ਼ਰਨ ਤੇਰੀ ਆਵਾਂ ਤੂੰ ਅੰਦਰ ਵੀ ਤੇ ਬਾਹਰ ਵੀ ਤੂੰ ਹੀ ਮੇਰਾ ਏ ਸਿਰਨਾਵਾ ਤੇਰੇ ਤੋਂ ਤੇਰੇ ਤੱਕ ਆਪਣਾ ਜਦ گاਵਾ ਮੈਂ ਦਿਸ਼ਾਵਾਂ ਮੈਨੂੰ ਆਪਣੇ ਵਿੱਚ ਸਮਾਲ ਲੈ ਤੂੰ ਤੇ ਸੁਣ ਮੇਰੀਆਂ ਸਦਾਵਾਂ ਜਨਮਾਂ ਤੋਂ ਉਲਰੀਆਂ ਤੇਰੇ ਵੱਲ ਹੁਣ ਫੜ ਲੈ ਮੇਰੀਆਂ ਭਾਵਾਂ ਹੁਣ ਫੜ ਲੈ ਮੇਰੀਆਂ ਬਾਵਾਾਂ ਜੀ ਬਹੁਤ ਖੂਬ ਤੇ ਨਾਲ ਦੀ ਨਾਲ ਅਸੀਂ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹਾਂਗੇ ਕਿ ਲਿਖਣ ਦੀ ਚਿਟਕ ਤੁਹਾਨੂੰ ਕਿਸ ਤਰ੍ਹਾਂ ਲੱਗੀ ਮੁਹੱਬਤ ਨੇ ਸਿਖਾਇਆ ਜੀ ਮੁਹੱਬਤ ਨੇ ਸਨਾਤ ਤੌਰਤਾ ਜਦੋਂ ਛੋਟੇ ਹੁੰਦੇ ਸੀਗੇ ਸਕੂਲਾਂ ਚ ਪੜ੍ਹਦੇ ਸੀ ਉਦੋਂ ਅਖਬਾਰ ਪੜ੍ਹਦੇ ਸੀਗੇ ਤੇ ਉਦੋਂ ਜਦੋਂ ਸਾਹਿਤ ਕ੍ਰਿਤੀਆਂ ਪੜ੍ਹਨੀ ਉਦੋਂ ਲੱਗਣਾ ਕਿ ਕੁਝ ਅਸੀਂ ਵੀ ਕਰ ਸਕਦੇ ਆ ਐਂ ਪੜ੍ਹ ਪੜ੍ਹ ਕੇ ਕਦੀ ਕਾਮਿਕਸ ਪੜ੍ਹ ਲੈਣੀਆਂ ਤੇ ਉਦੋਂ ਕੁਝ ਉਮਰ ਵੀ ਇਹੋ ਜਿਹੀ ਹੁੰਦੀ ਸੀਗੀ ਉਦੋਂ ਜ਼ਮਾਨਾ ਵੀ ਹੋਰ ਸੀਗਾ ਉਦੋਂ ਤਾਂ ਸੰਗਣਾ ਕਿਸੇ ਨੂੰ ਕਹਿਣ ਬੁਲਾਉਣ ਲੱਗੇ ਸੰਗਦੇ ਸੀਗੇ ਉਹ ਫਿਰ ਜਿਹੜੇ ਭਾਵ ਸੀਗੇ ਉਹ ਲਿਖੇ ਰਹਿਣੇ ਲਿਖਨੇ ਡਾਇਰੀ ਤੇ ਲਿਖਨੇ ਕਾਗਜ਼ ਤੇ ਉਹ ਕਈ ਵਾਰੀ ਸਾਲਾਂ ਬੱਦ ਹੀ ਲਿਖੇ ਰਹਿਣੇ ਦਿੱਤੇ ਹੀ ਨਹੀਂ ਜਾਣੇ ਦਿਖਾਈ ਨਹੀਂ ਜਾਣੇ ਉਸ ਉਹ ਜਿਹੜੀ ਉਹ ਜਿਹੜੀ ਲਿਖਤ ਦੀ ਹੌਲੀ ਹੌਲੀ ਸਾਇਦ ਦਾ ਰੂਪ ਲੈ ਗਈ ਜੀ ਅ ਗੱਲ ਕਰਾਂਗੇ ਮਾਨ ਸਨਮਾਨ ਦੀ ਕਾਫੀ ਲੰਬੇ ਅਰਸੇ ਤੋਂ ਲਿਖਦੇ ਆ ਰਹੇ ਹਾਂ ਸਾਹਿਤ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਆ ਰਹੇ ਹਾਂ ਉਹਦੇ ਬਦਲੇ ਤੁਹਾਨੂੰ ਮਾਨ ਸਨਮਾਨ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਦਿੱਤੇ ਗਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਵੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਦੇਖੋ ਬਦਲੇ 'ਚ ਸਨਮਾਨ ਜੇ ਲੈਣਾ ਹੈ ਤਾਂ ਫਿਰ ਉਹ ਸਨਮਾਨ ਨਾ ਹੋਇਆ ਉਹ ਤਾਂ ਵਪਾਰ ਹੋ ਗਿਆ ਸਾਹਿਤ ਸਾਹਿਤ ਨੂੰ ਔਰ ਸਾਹਿਤਕਾਰ ਨੂੰ ਇਨ੍ਹਾਂ ਆਲਾਮਤਾਂ ਤੋਂ ਦੂਰ ਰਹਿਣਾ ਚਾਹੀਦਾ ਉਹਨੂੰ ਬਦਲੇ 'ਚ ਸਨਮਾਨ ਦੀ ਆਸ ਨਹੀਂ ਰੱਖਣੀ ਚਾਹੀਦੀ ਜੀ ਤੁਸੀਂ ਅ ਜੇ ਜਿੱਥੇ ਤੱਕ ਮੈਂ ਸਮਝਦਾ ਕਿ ਜਦੋਂ ਤੁਹਾਨੂੰ ਕਿਸੇ ਚੰਗੀ ਥਾਂ ਤੇ ਬੁਲਾਇਆ ਜਾਂਦਾ ਰਚਨਾ ਪੇਸ਼ ਕਰਨਾ ਚਾਹੀਏ ਮ ਦੂਰਦਰਸ਼ਨ ਤੇ ਹੋਣਾ ਚਾਹੀਏ ਆਲੀਨਾ ਰੇਡੀਓ ਤੇ ਜਾਣਾ ਹੈ ਜਾਂ ਵੱਖ-ਵੱਖ ਜਿਹੜੇ ਮਨੋ ਨਾਬਾ ਕਵਤਾ ਉਤਸਵ ਹੈ ਜਾਂ ਕੁਝ ਅਕੈਡਮੀ ਦਾ ਪ੍ਰੋਗਰਾਮ ਹੈ ਜਾਂ ਦਿੱਲੀ ਨੈਸ਼ਨਲ ਪੋएट ਮੀਟ ਹੈ ਜਾਂ ਵੱਖ-ਵੱਖ ਜਿਹੜੇ ਪੰਥਕ ਸਟੇਜ ਹੈ ਵਦੀਆਂ-ਵਦੀਆਂ ਜੇ ਤੁਸੀਂ ਉੱਥੇ ਬੁਲਾਏ ਜਾਂਦੇ ਹੋ ਉਹ ਜਿਹੜੇ ਭਾਅ ਉਹ ਤੇ ਸਰੂਪਾ ਮਿਲਦਾ ਉਹ ਲੱਖਾਂ ਕਰੋੜਾਂ ਦਾ ਹੈ ਉਹਦਾ ਕੋਈ ਮੁੱਲ ਨਹੀਂ ਸੋ ਮੈਂ ਉਹਨਾਂ ਪ੍ਰਾਪਤੀਆਂ ਨੂੰ ਉਹਨਾਂ ਪੇਸ਼ਕਾਰੀਆਂ ਨੂੰ ਸਨਮਾਨ ਹੀ ਮੰਨਦਾ ਤਾਂ ਬੜਾ ਤਨ ਭਾਗਾ ਕਿ ਇੰਨੀਆਂ ਥਾਵਾਂ ਤੇ ਮੈਨੂੰ ਜਾਣ ਦਾ ਮ ਗੱਲ ਕੀਤੀ ਜਾਵੇ ਸਾਹਿਤਿਕ ਸੁਭਾਵਾ ਦੀ ਸੰਸਥਾਵਾਂ ਦੀ ਜਿਨ੍ਹਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਸਾਹਿਤ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ ਤੇ ਕਿਹੜੀਆਂ-ਕਿਹੜੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਇਸ ਵਕਤ ਜੁੜ ਕੇ ਸਾਹਿਦੀ ਸੇਵਾ ਕਰ ਰਹੇ ਹੋ ਸੰਸਥਾਵਾਂ ਤਾਂ ਕਹੀ ਹੈ ਸਾਡੀ ਲੋਕ ਲਿਖਾਰੀ ਸਭਾ ਆਪਣੀ ਹੈ ਸਾਹਿਤ ਅਕਾਡਮੀਆ ਹੈ ਕੇਂਦਰੀ ਪੰਜਾਬੀ ਲੇਖਕ ਸਭਾ ਹੈ ਜਾਂ ਬੰਬੇ ਦੀ ਰਾਈਟਰ ਐਸੋਸੀਏਸ਼ਨ ਹੈਗੀ ਹੈ ਲੇਕਿਨ ਇਹਨਾਂ ਨਾਲ ਜੁੜੇ ਹੀ ਆ ਸੀ ਕਿਉਂਕਿ ਥੋੜਾ ਜਨਾ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਸ਼ਾਇਦ ਕੌੜੀ ਲੱਗੇ ਕਿ ਸਾਹਿਤਿਕ ਸਭਾਵਾਂ ਜਾਂ ਜਿਹੜੇ ਇਹੋ ਜਿਹੇ ਅਦਾਰੇ ਆ ਉਹ ਕਿਤਨੇ ਕਿਤੇ ਰਾਜਨੀਤਿਕ ਸ਼ਿਕਾਰ ਹੋ ਚੁੱਕੇ ਆ ਉੱਥੇ ਆਪਣੇ ਆਪਣੇ ਚਹੇਤਿਆਂ ਨੂੰ ਜਾਂ ਗਰੁੱਪਿਜ਼ਮ ਚ ਪਾ ਕੇ ਉਹਨਾਂ ਨੂੰ ਅੱਗੇ ਲਿਆਇਆ ਜਾਂਦਾ ਜਿਹੜੇ ਅਸੀਂ ਲੋਕ ਪਿੰਡਾਂ ਥਾਵਾਂ ਤੇ ਬੈਠੇ ਆ ਦੂਰ ਬੈਠੇ ਆ ਜਿਹੜੇ ਅਸੀਂ ਇੰਨਾ ਵੱਡੇ ਸ਼ਹਿਰਾਂ ਤੋਂ ਦੂਰ ਬੈਠੇ ਆ ਅਕਸਰ ਨਹੀਂ ਪਹੁੰਚ ਸਕਦੇ ਉਹ ਫਿਰ ਪਿੱਛੇ ਹਾਸ਼ੀ ਤੋਂ ਤੱਕ ਜਾਂਦੇ ਆ ਸੋ ਸੁਭਾਵਾਂ ਨਾਲ ਜੁੜਿਆ ਜ਼ਰੂਰ ਆ ਪਰ ਜਿਹੜੀ ਸਾਹਿਤ ਦੀ ਸਿਰਜਣਾ ਉਹ ਸੀ ਆਪਣੀ ਕਰਦੇ ਆ ਬਿਨਾ ਕਿਸੇ ਲਾਗ ਦਾ ਜੀ ਬਿਲਕੁਲ ਇਸੇ ਤਰ੍ਹਾਂ ਹੀ ਗੱਲ ਕਰਾਂਗੇ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਵੀ ਹੁਣ ਤੱਕ ਤੁਸੀਂ ਸਾਹਿਤ ਦੀ ਕਾਫੀ ਸੇਵਾ ਕਰ ਚੁੱਕੇ ਹੋ ਤੁਹਾਡੀਆਂ ਪੁਸਤਕ ਵੀ ਲੋਕ ਅਰਪਣ ਹੋ ਚੁੱਕੀਆਂ ਨੇ ਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਤੁਸੀਂ ਦੱਸਿਆ ਤੁਹਾਡੀ ਇੱਕ ਹਿੰਦੀ ਫਿਲਮ ਵੀ ਆ ਰਹੀ ਹੈ ਕੀ ਆ ਤੁਹਾਡੇ ਹੱਥ ਦੀ ਲਿਖੀ ਹੋਈ ਕਹਾਣੀ ਜਿਹੜੀ ਆ ਉਹ ਫਿਲਮ ਦਾ ਰੂਪਤਾਰਨ ਕਰ ਰਹੀ ਹੈ ਤੇ ਅਸੀਂ ਚਾਹੁੰਦੇ ਆ ਕਿ ਉਸਤੇ ਬਾਰੇ ਵੀ ਜ਼ਰੂਰ ਦੱਸੋ ਕਿ ਕਿਸ ਥੀਮ ਦੇ ਉੱਪਰ ਉਹ ਜਿਹੜੀ ਕ ਇੱਕ ਮੇਰੀ ਪਹਿਲਾਂ ਇੱਕ ਫਿਲਮ ਬਣੀ ਸੀ ਬਣ ਰਹੀ ਹੈ ਸ਼ਹਿਰ ਮੇ ਟੰਡੋਰਾ ਚ ਮੇਰਾ ਟਾਈਟਲ ਟਰੈਕ ਮੇਰਾ ਲਿਖਿਆ ਆ ਰਿਹਾ ਉਹਨੂੰ ਦਲੀਪ ਸਿੰਘ ਸਾਹਿਬ ਨੇ ਕੰਪੋਜ਼ ਕੀਤਾ ਸੀਗਾ ਜੀ ਹਜੋ ਮਾਰਕੀਟ ਚ ਆਈ ਨਹੀਂ ਸ਼ਾਇਦ ਹਮ ਜਿਹੜੀ ਹੁਣ ਫਿਲਮ ਹੈ ਹਿੰਦੀ ਇੱਕ ਮੂਵੀ ਹੈ ਜਿਹਦੇ ਚ ਇੱਕ ਕੋਈ ਜੇਲ ਚ ਕੈਦ ਦੀ ਬੰਦ ਹੈ ਕਈ ਸਾਲਾਂ ਤੋਂ ਤੇ ਉਹਦੇ ਪਿਛੋਕੜ ਬਾਰੇ ਉਹਦੀ ਬਾਇਓਪਿਕ ਐਕਚੁਅਲੀ ਜੀ ਕਾਫੀ ਰਿਸਰਚ ਕਰਨੀ ਪਈ ਸਾਨੂੰ ਤਕਰੀਬਨ ਸਾਨੂੰ 7-8 ਮਹੀਨੇ ਹੋ ਗਏ ਐਸ ਪ੍ਰੋਜੈਕਟ ਤੇ ਕੰਮ ਕਰਦਿਆਂ ਨੂੰ ਜੀ ਤੇ ਉਹਦੇ ਚ ਐਜ਼ ਅ ਰਾਈਟਰ ਮੈਨੂੰ ਉਹਨਾਂ ਨੇ ਲੈ ਅਸਾਈਨ ਕੀਤਾ ਮੈਨੂੰ ਕੰਟੈਕਟ ਬਕਦਰ ਸਾਈਨ ਹੋਇਆ ਮੇਰੇ ਉਮੀਦ ਹੈ ਕਿ ਮਾਰਚ ਤੱਕ ਉਹ ਚਲ ਜਾਈਗੀ ਫਲੋਰ ਤੇ ਉਹਦੀ ਸ਼ੂਟਿੰਗ ਸ਼ਾਇਦ ਮਾਰਚ ਤੱਕ ਸ਼ੁਰੂ ਹੋ ਜੇ ਉਹ ਕਿਹ ਖਾਨੀਆਂ ਦਾ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਰੋਕਿਆ ਗਿਆ ਉਹ ਇੱਕ ਕਿਸੇ ਵਾਇਪਾ ਕਿਸੇ ਖਾਸ ਬੰਦੇ ਦੀ ਜੀ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੇਖਕ ਜਿਹੜੇ ਆ ਵੱਖ-ਵੱਖ ਬਨਗੀਆਂ ਦੇ ਉੱਪਰ ਗੱਲ ਨਹੀਂ ਕਰਦੇ ਇੱਕ ਜਾਂ ਦੋ ਬਨਗੀਆਂ ਦੇ ਵਿੱਚ ਲਿਖਦੇ ਨੇ ਪਰ ਤੁਸੀਂ ਵੱਖ-ਵੱਖ ਬਨਗੀਆਂ ਦੇ ਵਿੱਚ ਲਿਖਦੇ ਹੋ ਤੇ ਵਧੇਰੇ ਕਰਕੇ ਤੁਹਾਨੂੰ ਦੇਖਦੇ ਹਾਂ ਕਿ ਸਾਹਿਤ ਦੇ ਜ਼ਰੀਏ ਤੁਸੀਂ ਆਪਣੇ ਦਿਲ ਦੇ ਹਾਵ-ਭਾਵ ਸ਼ੇਅਰ ਕਰਦੇ ਹੋ ਬਹੁਤ ਸਾਰੀਆਂ ਤੁਹਾਡੀਆਂ ਕਹਾਣੀਆਂ ਵਿੱਚ ਵੀ ਸੱਚਾਈ ਨਜ਼ਰ ਆਉਂਦੀ ਹੈ ਤੇ ਕੋਈ ਅਜਿਹਾ ਪਾਤਰ ਜੋ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਵੇ ਮੇਰਾ ਨਾਵਲ ਆ ਰਿਹਾ ਇੱਕ ਕਿਸ ਹੱਦ ਤੱਕ ਉਹਦੇ ਚ ਉਹ ਐਕਚੁਅਲੀ ਉਹ ਐਨਜੀਓ ਵਿੱਚ ਕ੍ਰਪਸ਼ਨ ਕਿਵੇਂ ਹੁੰਦੀ ਹੈ ਭਾਰਤ ਵਿੱਚ ਜਾਂ ਕੁਛ ਥਾਵਾਂ ਤੇ ਤੁਸੀਂ ਐਨਜੀਓ ਬਣਾ ਕੇ ਕਿਵੇਂ ਲੁੱਟਦੇ ਹੋ ਸਰਕਾਰਾਂ ਨੂੰ ਤੇ ਲੋਕਾਂ ਨੂੰ ਉਹਦੀ ਕਹਾਣੀ ਹੈ ਪਰ ਨਾਲ ਨਾਲ ਇੱਕ ਮੁਹੱਬਤੀ ਉਹਦੇ ਚ ਇੱਕ ਮੁਹੱਬਤੀ ਇੱਕ ਸਬਟਾਈਟਲ ਉਹਦਾ ਇਹ ਵੀ ਹੈ ਜਿਹੜਾ ਸਭ ਕਹਾਣੀ ਨਾਲ ਜੁੜੀ ਹੋਈ ਹੈ ਜੀ ਤੇ ਉਹਦੇ ਚ ਇੱਕ ਸਮਰਪਣ ਨਾਮ ਦਾ ਕਰੈਕਟਰ ਹੈ ਜਿਹੜਾ ਮੇਰੇ ਦਿਲ ਦੇ ਬੜਾ ਨੇੜੇ ਹੈ ਜਿਹੜਾ ਅਸੀਂ ਉਸ ਨਾਵਲ ਰਾਈਟ ਦਸੋਣਾ ਚਾਹਿਆ ਕਿ ਜੇ ਮੁਹੱਬਤ ਹੋ ਗਈ ਹੈ ਤਾਂ ਮੁਹੱਬਤ ਕਬ ਜਾਨੀ ਤੁਸੀਂ ਕਿਸੇ ਤੇ ਕਬਜ਼ਾ ਨਹੀਂ ਕਰ ਸਕਦੇ ਤੇ ਮੁਹੱਬਤ ਇਹੀ ਹੈ ਕਿ ਤੈਨੂੰ ਨਾਮ ਦੇਣ ਦਾ ਨਾ ਮੁਹੱਬਤ ਹੈ ਕਿ ਤੁਸੀਂ ਜਿੰਨਾ ਕਿ ਤਿਆਗ ਜਾਂ ਕੁਰਬਾਨੀ ਕਰ ਸਕਦੇ ਹੋ ਜੇ ਤੁਸੀਂ ਉਸ ਪਿਆਰ ਦੇ ਬਦਲੇ ਕਿ ਤੁਸੀਂ ਕੁਝ ਲੈਣਾ ਚਾਹੁੰਦੇ ਹੋ ਹਾਸਲ ਕਰਨਾ ਚਾਹੁੰਦੇ ਹੋ ਫਿਰ ਮੁਹੱਬਤ ਨਹੀਂ ਦੀ ਤਾਂ ਸਮਰਪਣ ਦਾ ਜਿਹੜਾ ਕਰੈਕਟਰ ਹੈ ਜਦੋਂ ਦਰਸ਼ਕਾਂ ਦੇ ਸਾਹਮਣੇ ਆਊਗਾ ਉਹਨਾਂ ਨੇ ਗੱਲ ਮਹਿਸੂਸ ਹੋਏਗੀ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਆਪਣਾ ਕੋਈ ਨਾ ਕੋਈ ਹੋਰ ਗੀਤ ਜਾਂ ਗਜ਼ਲ ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ ਕਿਉਂਕਿ ਤੁਸੀਂ ਇੱਕ ਗਜ਼ਲ ਬਹੁਤ ਵਧੀਆ ਮਤਲਬ ਕਿ ਮੈਂ ਪਹਿਲਾਂ ਤੁਸੀਂ ਮੈਨੂੰ ਸੁਣਾਈ ਸੀ ਤੇ ਮੈਂ ਚਾਹੁੰਦੀ ਹਾਂ ਕਿ ਉਹ ਗਜ਼ਲ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਗਜ਼ਲ ਤੁਹਾਨੂੰ ਕਿ ਗਜ਼ਲ ਸੁਣਾਉਣਾ ਹੈ ਜੀ ਪਪਲਾ ਦੇ ਸ਼ਾਵੇਂ ਬੈਠੇ ਤਪਦੇ ਰਹਿੰਦੇ ਹਾਂ ਆਪਣੇ ਹੀ ਅੰਦਰ ਦੀ ਅੱਗ ਵਿੱਚ ਮੱਚਦੇ ਰਹਿੰਦੇ ਹਾਂ ਪਿਪਲਾ ਦੀ ਛਾਵਾਂ 'ਚ ਬੈਠੇ ਤਪਦੇ ਰਹਿੰਦੇ ਹਾਂ ਆਪਣੇ ਹੀ ਅੰਦਰ ਦੀ ਅੱਗ ਵਿੱਚ ਮੱਚਦੇ ਰਹਿੰਦੇ ਹਾਂ ਰੇਤਾ ਯੁੱਤੇ ਪੈੜਾ ਵਾਂਗਰ ਅਸਤੀ ਹੋ ਗਈ ਰੇਤਾ ਉੱਤੇ ਰੇਤਾ ਉੱਤੇ ਪੈੜਾ ਵਾਂਗਰ ਹਸਤੀ ਹੋ ਗਈ ਪਲ ਦੋ ਪਲ ਦੀ ਹੁੰਦ ਪਿੱਛੋਂ ਮਿਟਦੇ ਰਹਿੰਦੇ ਹਾਂ ਬੰਦ ਲਿਫਾਫੇ ਬੰਦ ਲਿਫਾਫੇ ਵਿੱਚ ਮੁਹੱਬਤ ਦਾ ਪੈਗਾਮ ਹਾਂ ਬੰਦ ਲਿਫਾਫੇ ਬੰਦ ਲਿਫਾਫੇ ਵਿੱਚ ਮੁਹੱਬਤ ਦਾ ਪੈਗਾਮ ਹਾਂ ਖੋਲੇਗਾ ਕੋਈ ਆਨ ਕੇ ਇਹ ਤੱਕਦੇ ਰਹਿੰਦੇ ਹਾਂ ਪੋਛਵਿਲਾ ਪੋਛਵਿਲਾ ਬੇਸ਼ੱਕ ਤੂੰ ਵਗਦੀ ਵਾਨੁਰੋਕ ਕੇ ਪੋਛਵਿਲਾ ਪੋਛਵਿਲਾ ਬੇਸ਼ੱਕ ਤੂੰ ਵਗਦੀ ਵਾਨੁਰੋਕ ਕੇ ਤੇਰੇ ਆਉਣ ਦੀ ਖਬਰ ਅਸੀਂ ਪੁੱਛਦੇ ਰਹਿੰਦੇ ਹਾਂ ਪਿਪਲਾ ਦੀ ਸ਼ਾਮੇ ਬੈਠੇ ਆਪਣੇ ਰਹਿੰਦੇ ਹਾਂ ਆਪਣੇ ਹੀ ਅੰਦਰ ਦੀ ਅੱਗ ਵਿੱਚ ਮਚਦੇ ਰਹਿੰਦੇ ਹਾਂ ਹਾਏ ਮਚਦੇ ਰਹਿੰਦੇ ਹਾਂ ਹਾਏ ਮਚਦੇ ਰਹਿੰਦੇ ਹਾਂ ਜੀ ਬਹੁਤ ਖੂਬ ਤੇ ਇਸ ਠੁਕਰਾਜ਼ੀ ਅੱਜ ਤੁਸੀਂ ਸਾਡੇ ਨਾਲ ਜੁੜੇ ਸਾਡੇ ਦਰਸ਼ਕਾਂ ਦੇ ਰੂਬਰੂ ਆਪਣੀਆਂ ਰਚਨਾਵਾਂ ਕੀਤੀਆਂ ਆਪਣੇ ਕੀਮਤੀ ਸਮੇਂ ਚ ਕੁਝ ਸਮਾਂ ਸਾਡੇ ਲਈ ਕੱਢਿਆ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜੀ ਸ਼ੁਕਰੀਆ ਜਿਨ੍ਹਾਂ ਦਰਸ਼ਕਾਂ ਨੇ ਅਜੇ ਤੱਕ ਅਰਪਨ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹ ਹੁਣੇ ਹੀ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਜ਼ਰੂਰ ਦਬਾਓ